ਪੰਜਾਬੀ ਖਬਰਾਂ ਦੇ ਵਿੱਚ ਵੱਡੀ ਖਬਰ ਨਿਕਲ ਕੇ ਆ ਰਹੀ ਹੈ। ਪੰਜਾਬ ਕੈਬਨਿਟ 'ਚ ਅੱਜ ਬੁੱਧਵਾਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਕੋਵਿਡ-19 ਦੇ ਕਾਰਨ ਕਰਫਿਊ ਲੋਕਡਾਊਨ ਦੌਰਾਨ ਪਹਿਲੇ ਦੀ ਤਰ੍ਹਾਂ ਵੀਡੀਓ ਕਾਨਫਰੰਸਿੰਗ ਮੀਟਿੰਗ ਹੋਵੇਗੀ। ਮੰਤਰੀ ਮੰਡਲ ਦੀ ਮੀਟਿੰਗ ਦੁਪਹਿਰ 3 ਵਜੇ ਸ਼ੁਰੂ ਹੋਵੇਗੀ। ਇਹ ਬੈਠਕ 31 ਮਈ ਨੂੰ ਖਤਮ ਹੋਏ ਲਾਕਬੰਦੀ ਨੂੰ ਅੱਗੇ ਵਧਾਉਣ ਅਤੇ ਰਾਜ ਵਿੱਚ ਮੌਜੂਦਾ ਸਥਿਤੀ ਦੀ ਸਮੀਖਿਆ ਕਰੇਗੀ। ਇਸ ਤੋਂ ਇਲਾਵਾ ਮੀਟਿੰਗ ਵਿੱਚ ਮੁੱਖ ਸਕੱਤਰ ਕਰਨ ਅਵਤਾਰ ਨੂੰ ਲੈ ਕੇ ਵਿਚਾਰ ਵਟਾਂਦਰੇ ਕੀਤੇ ਜਾਣ ਦੀ ਉਮੀਦ ਹੈ। ਇਸ ਅਵਸਥਾ 'ਚ ਕਰਨ ਅਵਤਾਰ ਸਿੰਘ ਮੌਜੂਦ ਹੋਣਗੇ ਜਾਂ ਨਹੀਂ ਇਸ ਬਾਰੇ ਸਪੱਸ਼ਟ ਨਹੀਂ ਹੋ ਸਕਿਆ। ਪਿਛਲੀ ਮੁਲਾਕਾਤ ਵਿੱਚ ਕਰਨ ਅਵਤਾਰ ਸਿੰਘ ਦੀ ਥਾਂ 'ਤੇ ਸਤੀਸ਼ ਚੰਦਰਾ ਨੇ ਕੰਮ ਸੰਭਾਲਿਆ ਸੀ। ਹਾਲਾਂਕਿ ਉਦੋਂ ਮੁੱਖ ਮੰਤਰੀ ਤਰਫੋਂ ਇਹ ਕਿਹਾ ਗਿਆ ਸੀ ਕਿ ਕਰਨ ਅਵਤਾਰ ਸਿੰਘ ਅੱਧੇ ਦਿਨ ਦੀ ਛੁੱਟੀ 'ਤੇ ਹੈ, ਪਰ ਦੂਜੇ ਪਾਸੇ ਚਰਚਾ ਇਹ ਰਹੀ ਹੈ ਕਿ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ 1 ਦਿਨ ਪਹਿਲਾਂ ਹੀ ਮੁੱਖ ਮੰਤਰੀ ਸਪੱਸ਼ਟ ਕਰ ਦਿੱਤਾ ਸੀ ਕਿ ਜੇ ਕਰਨ ਅਵਤਾਰ ਸਿੰਘ ਮੀਟਿੰਗ 'ਚ ਆਉਣਗੇ ਤਾਂ ਉਹ ਮੀਟਿੰਗ 'ਚ ਸ਼ਾਮਲ ਨਹੀਂ ਹੋਣਗੇ। ਪੰਜਾਬੀ ਖਬਰਾਂ ਦੇ ਵਿੱਚ ਇਹ ਸੀ ਹੁਣ ਤੱਕ ਦੀ ਵੱਡੀ ਖਬਰ। ਖਬਰਾਂ ਦੇਖਣੀਆਂ ਸੁਣਨੀਆਂ ਪੜ੍ਹਨੀਆਂ ਤਾਂ ਬਣੇ ਰਹੋ aajnewswala.com ਦੇ ਨਾਲ। ਸਰਦਾਰ ਗੁਰਜੀਤ ਸਿੰਘ, ਹਰ ਸਮੱਸਿਆ ਦਾ ਸਮਾਧਾਨ ਘਰ ਬੈਠੇ ਕਰਵਾਓ। ਮਨਚਾਇਆ ਕੰਮ, ਕਾਰੋਬਾਰ ਵਿੱਚ ਰੁਕਾਵਟ, ਵਸ਼ੀਕਰਨ ਕਰਵਾਉਣਾ ਜਾਂ ਤੁੜਵਾਉਣਾ, ਲਵ ਮੈਰਿਜ ਕਿੱਤਾ ਕਰਵਾਇਆ, ਸੰਤਾਨਹੀਨਤਾ, ਸੱਸ ਨੂੰ ਅਤੇ ਪਤੀ ਪਤਨੀ 'ਚ ਅਨਬਨ, ਗੁਪਤ ਰੋਗ, ਕੋਰਟ ਕੇਸ, ਤਲਾਕ ਕਰਵਾਉਣਾ ਜਾਂ ਨਾ ਕਰਵਾਉਣਾ, ਖੋ ਚੁੱਕਾ ਪਿਆਰ, ਪਿਆਰ ਵਿੱਚ ਧੋਖਾ, ਸੋਤਨ ਜਾਂ ਦੁਸ਼ਮਣ ਤੋਂ ਛੁਟਕਾਰਾ, ਹਰ ਸਮੱਸਿਆ ਦਾ ਘਰ ਬੈਠੇ ਸਮਾਧਾਨ ਕਰਵਾਓ। ਸਰਦਾਰ ਗੁਰਜੀਤ ਸਿੰਘ, ਅੱਜ ਹੀ ਫੋਨ ਕਰੋ